ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਯੂਟਿਊਬ ਚੈਨਲ ਢਿੱਲੋਂ ਡੇਅਰੀ ਫਾਰਮ ਬਰਨਾਲਾ ਦੇ ਵਿੱਚ। ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਯੂਟਿਊਬ ਚੈਨਲ 'ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ, ਉਹਨਾਂ ਰਿਕੁਐਸਟ ਆ ਕਿ ਆਪਣੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84 270 19 817। ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਘਰੇਲੂ ਝੋਟੀ ਦਿਖਾਉਣੀ ਹੈ ਸੇਲ ਆ। ਵੀਰਾਂ ਦੇ 5-7 ਨਾਗ ਘਰ ਹੋਰ ਰੱਖੇ ਹੋਏ ਝੋਟੀਆਂ ਦੇ, ਆਏ ਸਾਲ ਮੰਨ ਕੇ ਚਲੋ ਵੀ ਝੋਟੀਆਂ ਪਾਲਦੇ ਆ ਅਤੇ ਨਾਗ ਮੰਨ ਕੇ ਚਲੋ ਜ਼ਿਆਦਾ ਹੋ ਗਏ ਅਤੇ ਮੱਝ ਹੈਗੀ ਆ ਹੁਣ ਸੇਲ। ਡਿਟੇਲ ਇਹਦੇ ਬਾਰੇ ਪੁੱਛਦੇ ਹਾਂ, ਆਓ ਕੇ ਕਰੀਏ ਗੱਲਬਾਤ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਨਾਮ ਐਡਰੈਸ ਦੱਸੋ ਜੀ ਆਪਣਾ। ਮੇਰਾ ਨਾਮ ਗੁਰਮੀਤ ਸਿੰਘ, ਪਿੰਡ ਜਲਾਲ ਦੀ ਆਵਾ ਜੀ ਮੇਰਾ। ਠੀਕ ਹੈ, ਜ਼ਿਲ੍ਹਾ ਪੈ ਗਿਆ ਆਪਾਂ ਨੂੰ? ਜ਼ਿਲ੍ਹਾ ਲੁਧਿਆਣਾ ਪਿੰਡ। ਠੀਕ ਹੈ, ਰਾਏਕੋਟ ਤੋਂ ਮੇਰੇ ਸਾਹਮਣੇ 5-7 ਕਿਲੋਮੀਟਰ ਹੀ ਆ ਗਿਆ ਪਿੰਡ। ਹਾਂ, 5 ਕਿਲੋਮੀਟਰ ਰਾਏਕੋਟ। ਠੀਕ ਹੈ, ਮੈਰਕਲਾਂ ਤੋਂ 14 ਬੰਦਰਾਂ ਕਾ ਪੈ ਗਿਆ ਨਾ। ਠੀਕ ਹੈ, ਜਲਾਲ ਦੀਆਂ। ਮੋਬਾਈਲ ਨੰਬਰ ਜੀ ਆਪਣਾ? 99 88 94 58 99 54 58 94 58। ਜਿਹੜੀ ਅੱਜ ਆਪਾਂ ਝੋਟੀ ਪਕਾਊ ਕਰੀਏ, ਕਿਹੜਾ ਸੂਆ ਸੂਈ ਹੈ ਜੀ ਹੁਣੇ? ਇਹ ਜੀ ਤੀਜੇ ਸੂਏ ਸਹੀ ਸੂਈ ਆ ਹੁਣ। ਆ ਸੂਈ ਨੂੰ ਮਿੰਟ 10 ਹੀ ਹੋਇਆ ਹਨਾ। ਹਾਂ, ਇਹ 22 ਮਹੀਨੇ ਦੀ ਨੇ, ਇਹਨੇ ਟੀਕਾ ਲੈ ਲਿਆ ਸੀ ਪਹਿਲੇ ਸੂਏ। ਠੀਕ ਹੈ ਜੀ, ਫਰਵਰੀ ਆ ਸੂਈ ਆ ਤੇ ਤੀਜੇ ਸੂਏ ਹੁਣ ਇਹ ਸੂਈ ਆ ਕਿ ਤੀਜਾ ਸੂਆ? ਤੀਜਾ ਸੂਆ ਕਾ, ਇਹ ਚਾਂਦਵੀਰ ਦੀ ਕੱਟੀ ਆ। ਠੀਕ ਹੈ, ਜਿਹੜਾ ਜਵਰਾਜ ਵਾਲਾ ਸਾਂਹ ਆ, ਚਾਂਦਵੀਰ ਕਰਨਵੀਰ ਵਾਲਾ ਹਨਾ, ਉਹ ਸਾਂਹ ਦੀ ਕੱਟੀ ਆ। ਉਹ ਸਾਂਹ ਦੀ ਕੱਟੀ ਆ, ਟੀਕਾ ਆਪਣੇ ਕੋਲੇ ਆ। ਠੀਕ ਹੈ, ਤਸੱਲੀ ਕਰਨੀ ਆ ਕਰ ਸਕਦੇ। ਠੀਕ ਹੈ, ਮਨਕੇ ਜੇ ਸਟਰਾਪ ਕੇ ਬਾਕੀ ਇਹਨਾਂ ਝੋਟੀਆਂ ਵਗਰ ਦੇਖ ਜਾਂਦੇ ਆ, ਫਿਰ ਆ ਕੇ ਇੱਕ ਸੂਏ ਦੋ ਦੋ ਸੂਏ ਪੀ ਕੇ ਮੱਝਾਂ ਆਪਾਂ ਕੱਢਦੀਆਂ, ਕੱਟੀਆਂ ਵਗਰ ਪਾਲ ਲੈਂਦੇ ਹਾਂ ਹਨਾ। ਪਾਲ ਲੈਂਦੇ ਕੱਟੀਆਂ ਵੀ ਸਾਰੀਆਂ ਨਾਮੀ ਝੋਟੀਆਂ ਦੀਆਂ, ਕੋਈ ਆ ਨਹੀਂ। ਠੀਕ ਹੈ ਵੀ, ਸਾਰਿਆਂ ਦਾ ਬਾਇਓਡਾਟਾ ਆਪਾਂ ਨੂੰ ਘਰੇ ਪਤਾ ਹੈਗਾ? ਹਾਂ, ਸਭ ਪਤਾ ਆਪਾਂ। ਬਸ ਜਿਵੇਂ ਜਿਵੇਂ ਸੂਈਆਂ ਨੇ ਗਾਹਾਂ ਪਸ਼ੂ ਵਧਣ ਲੱਗ ਗਏ ਤਾਂ ਵੇਚੀ ਜਾਂਦੇ। ਠੀਕ ਹੈ ਵੀ, ਦੁੱਧ ਨਹੀਂ ਜ਼ਿਆਦਾ ਪਾਉਂਦੇ ਡੇਅਰੀ ਉੱਤੇ? ਦੁੱਧ ਨਹੀਂ ਪਾਉਂਦੇ, ਅਸੀਂ ਵੇਚਦੇ ਹਾਂ ਜਾਂਦੇ। ਠੀਕ ਹੈ, ਤੇ ਪਿਛਲੇ ਸੂਏ ਆਪਾਂ ਦੁੱਧ ਕਿੰਨਾ ਚੋਲਿਆ ਜੀ ਇਹਦਾ? ਪਹਿਲੇ ਸੂਏ ਨੇ ਦਿੱਤਾ 11 ਲੀਟਰ। ਠੀਕ ਹੈ, ਹਰਬਰੇ ਆਈ ਮਗਰੀ ਫੇਰ ਗੱਪਣ ਹੋ ਗਈ ਸੀ, ਦੂਜੇ ਸੂਏ ਨੇ 12 ਲੀਟਰ ਦੁੱਧ ਦਿੱਤਾ। ਐਤਕੀ ਆਪਾਂ ਅੰਦਾਜ਼ਾ ਲਾਈਏ ਵੀ ਮੱਝ ਬਣ ਗਈ ਵਧੀਆ ਹਨਾ। ਹਾਂ, ਸੇਵਾ ਤੇ ਇਹ ਤਾਂ ਜੀ ਜਿੰਨਾ ਪਾਲਾਂਗੇ ਉਨਾ ਹੀ ਕੱਢਣ ਵਾਲੀ ਗੱਲ ਆ। ਕਹਿੰਦੇ ਭਾਵੇਂ ਐਤਕੀ 12-13 ਕਿਲੋ ਵਾਲੀ ਮੈਂ ਹੈਗੀ ਆ। ਹੈਗੀ ਆ, ਹੈਗੀ ਆ, ਪੱਕੀ ਆ ਜੀ। ਠੀਕ ਹੈ, ਤੇ ਕੱਟੀ ਮਗਰ ਚਾਂਦਵੀਰ ਦੀ ਸ਼ੋਹਰ ਆ ਜਾਵਾਂ? ਹਾਂ ਜੀ, ਚਾਂਦਵੀਰ। ਠੀਕ ਹੈ, ਤੇ ਰੇਟ ਇਹਦਾ ਕੀ ਰਹੂਗੇ? ਰੇਟ ਆਪਾਂ ਫੋਨ ਤੇ ਕਰ ਲਾਂਗੇ ਬਾਈ, ਜੈ ਜੀ ਜੀ ਦੇ ਹਿਸਾਬ ਨਾਲ। ਹਾਂ, ਸਹੀ ਰੇਟ ਹੀ ਕਰਾਂਗੇ ਆਪਾਂ, ਵੇਚਣ ਦੇ ਹਿਸਾਬ ਨਾਲ ਵੀ ਅੱਗੇ ਵੀ ਵੇਚ ਦਈਏ। ਇੱਕ ਤਾਂ ਹੁੰਦਾ ਹੋਊਗਾ ਕਿਤੇ ਵੇਚੀ ਨਹੀਂ, ਆਪਾਂ ਵੇਚਦੇ ਹੀ ਰਹਿੰਦੇ ਆ। ਸਹੀ ਰੇਟ ਤੇ ਦੇਵਾਂਗੇ ਮੱਝ, ਜਿੰਨੇ ਕੁ ਮੁੱਲ ਵੀ ਆ ਉਹੀ ਰੇਟ ਕਰਾਂਗੇ। ਜੈ ਜੈ ਗੱਲ। ਤੇ ਚੋਣ ਚ ਵਾਤਾਰਾ ਤੁਰ ਦੇ ਇੱਕ ਨੰਬਰ ਆ? ਇੱਕ ਨੰਬਰ ਹੈ। ਠੀਕ ਹੈ, ਧੋਰੇ ਵਾਰ ਨੂੰ ਸਬਰ ਸਿੰਘ ਮੂੰਹ ਮੱਥਾ ਦੇਖ ਸਕਦੇ ਹੋ ਤੇ ਬਾਕੀ ਲੀਵਾ ਵਗੈਰਾ ਦੇਖੋ, ਸੋਹਣੀ ਝੋਟੀ ਬਣੀ ਆ ਤੇ ਤੀਜਾ ਸੁਆ ਸੁਣੇ ਬੱਚੇ ਦਾ ਕਰ ਲੈ। ਚਲੋ ਕੋਈ ਗੱਲ ਨਹੀਂ, ਬੱਚੇ ਨੂੰ ਭਾਈ ਦੇ ਥੋੜ੍ਹਾ ਜਿਹਾ ਤੇ ਬਾਕੀ ਲੇਵਾ ਦੇਖੋ ਨੇੜ ਤੋਂ, ਸੋਹਣਾ ਸਾਫ਼ ਸੁਥਰਾ ਲੇਵਾ ਤੇ ਮੁੱਠੀ ਵਾਲਾ ਥਾਣਾ। 12 ਕੁ ਕਿਲੋ ਦੁੱਧ ਇਹਨੇ ਦੂਜੇ ਸੂਏ ਦਿੱਤਾ, ਐਤਕੀ ਆਪਾਂ ਅੰਦਾਜ਼ਾ ਲਾ ਸਕਦੇ ਕਿ 12-13 ਬੇਸ਼ੱਕ 12 ਮੰਨ ਕੇ ਲੈਲੇ, ਪਰ ਝੋਟੀ 13 ਕਿਲੋ ਦੁੱਧ ਦਾ ਹਵਾ ਨਾ ਇਹਦਾ ਗਵਾਹੀ ਭਰਦਾ। ਸੋ ਪੈਠਪੁੜੇ ਦੀ ਬਣਤਰ ਤੁਸੀਂ ਦੇਖ ਸਕਦੇ ਹੋ, ਕੱਟੀ ਸ਼ੋਹਰ ਇਸ ਗੱਲ ਦੀ ਪਿੱਛੇ ਵੀ ਚਾਂਦਵੀਰ ਸਾਂਹ ਦੀ ਇਹਦੇ ਪਿੱਛੇ ਕਿ ਕੱਟੀ। ਸੋ ਫਿਰ ਧਾਰਾ ਦੇਖ ਸਕਦੇ ਹੋ, ਆਪਾਂ ਇੱਕ ਧਾਰ ਸਾਰੇ ਸਣਾਂ 'ਚ ਮਾਰ ਕੇ ਦਿਖਾ ਦਿੰਦੇ ਹਾਂ। ਸੋ ਦੇਖੋ, ਕਿਉਂਕਿ ਸਾਡੇ ਬੱਚਾ ਵਗੈਰਾ ਕੁਛ ਨਹੀਂ ਲਾਇਆ, ਜੇਬ ਜੂਰ ਪਾਊਗੀ ਜਾ ਕੇ, ਅਤੇ ਇੱਕ ਧਾਰ ਫਿਰ ਮਾਰ ਦਿਓ, ਉਹ ਪਹਿਲਾ ਥਾਂ ਰਹਿ ਗਿਆ ਜੀ। ਠੀਕ ਹੈ, ਮੈਂ ਧਾਰਾ ਵਗੈਰਾ ਵਾਲੇ ਪਾਸੇ ਜਮ੍ਹਾਂ ਓਕੇ ਆ ਹੈ ਨਾ, ਅਤੇ ਨੰਬਰ ਬੋਲ ਦਿਓ ਦੁਬਾਰਾ ਆਪਣਾ ਜੀ। 99 88 91 94। ਪਿੰਡ ਹੈਗਾ ਜਲਾਲ ਦੀ ਵਾਲ, ਜ਼ਿਲ੍ਹਾ ਲੁਧਿਆਣਾ ਪੈ ਗਿਆ। ਸੋ ਕਿਸੇ ਵੀ ਵੀਰ ਦੇ ਝੋਟੀ ਪਸੰਦ ਹੋਵੇ ਇਸ ਨੰਬਰ 'ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ। ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ, ਜਲਦ ਮਿਲ ਜਾਏ ਕਿਸੇ ਨੇ।